ਹਾਂਜੀ ਬਾਈ ਜੀ ਆਜੋ ਤੁਹਾਨੂੰ ਦੋ ਦਿਨ ਜਗਰਾਵਾ ਮੰਡੀ ਤੇ ਖਲੀ ਬਾਦਸ਼ਾ ਗਿਆ ਸੀ ਨਾ ਉਹ ਸਾਰੇ ਹੀ ਦਿਖਾਉਣਾ ਤੁਹਾਨੂੰ ਤੇ ਆ ਪਹਿਲੇ ਦਿਨ ਦੀ ਆ ਜੀ 27 ਤਰੀਕ ਨੂੰ ਆਪਾਂ ਸਵੇਰੇ ਉੱਠ ਕੇ ਖਲੀ ਬਾਦਸ਼ਾ ਨੂੰ ਨਾ ਨਮਾਤਾ ਸੀ ਮੰਡੀ ਲਈ ਤਿਆਰ ਕਰਤਾ ਸੀਗਾ ਤੇ ਮੰਡੀ ਤੇ ਲੈ ਕੇ ਆਉਣਾ ਸੀ ਆਪਾਂ ਫਿਰ ਆ ਕੈਂਟਰ ਚ ਹੀ ਲੱਦ ਕੇ ਲਿਆਂਦਾ ਸੀ ਬਲੈਰੋ ਚ ਤਾਂ ਆ ਆਉਂਦਾ ਨਹੀਂ ਪਿੱਛੇ ਪੂੰਛ ਲੱਗ ਜਾਂਦੀ ਆ ਅੱਗੇ ਫਿਰ ਬਹੁਤ ਛੋਟੀ ਰਹਿੰਦੀ ਆ ਬਲੈਰੋ ਇਹਦੇ ਆਸਤੇ ਫਿਰ ਉੱਥੇ ਆਪਾਂ ਜਗਰਾਵਾ ਮੰਡੀ ਤੇ ਪਹੁੰਚ ਗਏ ਸੀਗੇ ਜੀ ਪਹਿਲੇ ਦਿਨ ਦੀ ਆ ਵੀਡੀਓ ਆ ਬੜੀ ਦਾਤੇ ਦੀ ਮੇਲ ਰਹੀ ਆ ਜੀ ਬਹੁਤ ਘੱਟ ਸੀ ਆਪਣੇ ਘੋੜੇ ਦੇ ਦੁਆਲੇ ਤੇ ਉਸ ਤੋਂ ਬਾਅਦ ਉਸ ਦਿਨ ਆਪਾਂ ਇਹਦਾ ਪਹਿਲੇ ਦਿਨ ਬੱਚਾ ਲੈ ਕੇ ਆਏ ਸੀ ਖਲੀਬਾ ਸ਼ਾਹ ਦਾ ਜਿਹੜਾ ਪਹਿਲਾ ਬੱਚਾ ਨਾ ਆਪਣੇ ਵਾਲੇ ਦਾ ਆ ਨਾਲ ਹੀ ਉਹਦੀ ਮਾਂ ਆਈ ਸੀ ਨਾਲ ਹੀ ਆ ਬੱਚਾ ਫਿਰਦਾ ਤੁਸੀਂ ਦੇਖ ਸਕਦੇ ਹੋ ਜੀ ਆਹ ਹਲੇ 4 ਮਹੀਨਿਆਂ ਦਾ ਬੱਚਾ ਮਾਂ ਦੇ ਲਵੇ ਲੱਗਿਆ ਪਿਆ ਬਹੁਤ ਹਾਈਟ ਖਿੱਚੀ ਆ ਜੀ ਬੱਚੇ ਨੇ ਤੇ ਜਗਰੌਂ ਮੰਡੀ ਤੇ 28 ਤਰੀਕ ਨੂੰ ਆਇਆ ਸੀ ਫਿਰ ਆਪਾਂ 29 ਨੂੰ ਵੀ ਲਿਆਏ ਸੀ ਉਦਾਂ ਘੋੜਾ ਪਰ ਉਸ ਦਿਨ ਆਪਾਂ ਕੱਲਾ ਘੋੜਾ ਲਿਆਏ ਸੀ 28 ਨੂੰ ਵੀ ਬੜਾ ਕੱਠ ਰਿਆ ਜੀ ਤੁਹਾਡਾ ਦਿਲੋਂ ਧੰਨਵਾਦ ਆਹ ਬੱਚਾ ਖਲੀ ਦਾ ਚੰਗੀ ਤਰ੍ਹਾਂ ਦੇਖੋ ਪਤੰਦਰ ਪਿਓ ਵਾਂਗੂ ਦਲੇਰ ਬਹੁਤ ਆ ਡਰਿਆ ਨਹੀਂ ਬਿਲਕੁਲ ਵੀ ਘੋੜਿਆਂ ਤੋਂ ਤੇ ਪਿਓ ਮੂਰੇ ਵੀ ਆੜ ਆੜ ਖੜਦਾ ਸ਼ਾ ਦੇਖੋ ਇਹਦੀ ਗਰਦਨ ਵੀ ਚੈੱਕ ਕਰੋ ਕਿੰਦਾ ਸ਼ੋਅ ਕੁਆਲਿਟੀ ਵਾਲੀ ਆ ਤੇ ਹਰੇਕ ਮੂਰੇ ਆੜ ਜਾਂਦਾ ਯਾਨੀ ਡਰਨ ਡਰਨ ਵਾਲਾ ਬਾਪ ਵਾਂਗੂ ਮਸਲਾ ਹੀ ਨਹੀਂ ਹੈਗਾ ਇਹਦਾ ਪਿਓ ਨਹੀਂ ਡਰਦਾ ਇਹ ਵੀ ਨਹੀਂ ਡਰਦਾ ਉਸ ਤੋਂ ਬਾਅਦ ਖਲੀ ਨੂੰ ਆਪਾਂ ਗੇੜੇ-ਗੂੜੇ ਵੀ ਕਾਫੀ ਮੰਡੀ 'ਚ ਦੁਆਏ ਸੀ ਤੇ ਇੱਕ ਤੁਸੀਂ ਚੀਜ਼ ਨੋਟ ਕਰਿਓ ਦਾਤੇ ਦੀ ਇਹ ਜੀ ਮੇਲ ਰਹੀ ਹੈ ਖਲੀ ਤੇ ਜਿੱਥੇ ਵੀ ਖਲੀ ਆਪਣਾ ਮੰਡੀ 'ਚ ਗੇੜਾ ਦੇ ਕੇ ਖੜਦਾ ਸੀ ਉੱਥੇ ਇਹਦੇ ਆਲੇ-ਦੁਆਲੇ ਮੇਲਾ ਲੱਗ ਜਾਂਦਾ ਸੀ ਜਿੱਥੇ ਵੀ ਜਾਂਦਾ ਸੀ ਤੁਸੀਂ ਦੇਖੋ ਜਿੱਥੇ ਦੀ ਵੀ ਵੀਡੀਓ ਕਲਿੱਪ ਤੁਸੀਂ ਦੇਖੋਗੇ ਨਾ ਉੱਥੇ ਇਹਦੇ ਆਲੇ-ਦੁਆਲੇ ਮੇਲਾ ਲੱਗ ਜਾਂਦਾ ਸੀ ਬੜੀ ਦਾਤੇ ਦੀ ਮੇਲ ਰਹੀ ਹੈ ਜੀ ਮੇਲੇ ਤੇ ਇਹਦੇ ਇਹਦੇ ਆਸਤੇ ਤੇ ਆਪਾਂ ਉੱਥੇ ਕਈ ਘੋੜਿਆਂ ਨਾਲ ਮੂੰਹ ਵੀ ਲਵਾਇਆ ਸੀ ਬਾਕੀ ਇੰਟਰਵਿਊ ਵੀ ਬਹੁਤ ਹੋਈਆਂ ਜੀ ਆਪਣੇ ਖਲੀ ਦੇ ਆ ਸਿਕੰਦਰ ਘੋੜਾ ਜਿਹੜਾ ਅਲੀਸ਼ਾਨ ਦਾ ਬੱਚਾ ਨਾ ਜ ਇਹਦੇ ਨਾਲ ਵੀ ਅੱਜ ਉੱਥੇ ਆਪਾਂ ਮੱਥਾ ਲਵਾਇਆ ਸੀਗਾ ਇਹਦਾ ਤੇ ਉਸ ਤੋਂ ਬਾਅਦ ਹੋਰ ਵੀ ਇੱਕ ਘੋੜਾ ਸੀਗਾ ਉੱਥੇ ਕਮੈਤ ਬਹੁਤ ਸੋਹਣਾ ਜੀ ਉਹਦੇ ਨਾਲ ਵੀ ਇਹਦਾ ਫੇਸ ਤੇ ਆਪਾਂ ਅੱਗੇ ਕੀਤੇ ਸੀਗੇ ਘੋੜੇ ਆਪਣੇ ਜਗਰੋਂ ਮੇਲੇ ਦੀ ਇਹ ਪਹਿਲੇ ਦਿਨ ਦੀ ਹੈ ਜੀ ਵੀਡੀਓ ਤੇ ਦੂਜੇ ਦਿਨ ਆਪਾਂ ਆ 29 ਤਰੀਕ ਦੀ ਵੀਡੀਓ ਅੱਗੇ ਸਟਾਰਟ ਆ तकरीबन ਸਵੇਰੇ ਉੱਠ ਕੇ ਆਪਾਂ ਘੋੜਾ ਨਮਾਇਆ ਜੀ ਇਹ ਪਤੰਦਰ ਨੇ ਨਾ 24 ਘੰਟਿਆਂ ਬਾਅਦ ਬਾਥਰੂਮ ਕੀਤਾ ਸੀ ਉੱਥੇ ਕਰਦਾ ਨਹੀਂ ਫਿਰ ਕਮਰੇ 'ਚ ਵੀ ਛੱਡ ਕੇ ਤੋ ਕਰਾਇਆਗਾ ਕਮਰੇ 'ਚ ਵੀ ਆ ਦੇ ਘੱਟ ਕੀਤਾ ਸੀ ਮੰਡੀ ਤੇ ਜਾ ਕੇ ਖੁੱਲ ਕੇ ਕੀਤਾ ਕਮਰੇ ਤੋਂ ਬਿਨਾ ਘੱਟ ਕਰਦਾ ਜੀ ਇਹ ਫਿਰ ਆਪਾਂ ਸਾਰੇ ਬਾਈ ਹੋਣੇ ਆ ਗਏ ਸੀ ਦਲਮਾਲੇ ਵੀ ਪ੍ਰਿੰਸ ਹੋਣੇ ਆਏ ਹੋਏ ਸੀ ਬਾਸੀਆਂ ਤੋਂ ਆਪਾਂ ਝੋਲ ਲਾ ਕੇ ਤਿਆਰ ਕਰਕੇ ਮੰਡੀ ਨੂੰ ਚੱਲ ਪਏ ਸੀਗੇ ਮੰਡੀ ਦੇ ਨੇੜੇ ਆ ਕੇ ਨਾ ਤੇ ਆ ਪਤੰਦਰ ਨੂੰ ਪਤਾ ਨਹੀਂ ਕਿੱਥੋਂ ਪਤਾ ਲੱਗ ਜਾਂਦਾ ਸੀ ਮੰਡੀ ਨੇੜੇ ਆ ਗਈ ਜਦ ਦੇ ਖੌਰੂ ਪਟਣ ਲੱਗ ਜਾਂਦਾ ਨਹੀਂ ਕੁਝ ਨਹੀਂ ਕਹਿੰਦਾ ਬੰਦੇ ਸਾਡੇ ਡਰੇ ਖੜੇ ਸਾਰੇ ਹੱਥ ਲਾ ਕੇ ਸਾਰੇ ਰਾਏ ਆ ਤਾਂ ਕਹਿੰਦਾ ਵਿਚਾਰਾ ਕੁਝ ਨਹੀਂ ਉਦਾਂ ਹੀ ਡਰਦੇ ਸੀ ਇਹਨੂੰ ਮੰਡੀ ਦਾ ਨੇੜੇ ਆ ਕੇ ਪਤਾ ਲੱਗ ਜਾਂਦਾ ਸੀ ਤੇ ਦੂਜੇ ਦਿਨ ਵੀ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਆ ਵੀਰੇ ਜਿਹੜੇ-ਜਿਹੜੇ ਪਹੁੰਚੇ ਆ 29 ਤਰੀਕ ਨਾ ਦੂਜੇ ਦਿਨ ਦੀ ਵੀਡੀਓ ਆ ਇਹਤੇ ਵੀ ਬਹੁਤ ਇਕੱਠ ਸੀਗਾ ਜਿਹੜੀ ਦੂਜੇ ਦਿਨ 29 ਤਰੀਕ ਨੂੰ ਆਪਾਂ ਗਏ ਸੀ ਘੋੜਾ ਲੈ ਕੇ ਉਸ ਤੋਂ ਬਾਅਦ ਇੱਕ ਮੈਡਮ ਆਏ ਸੀਗੇ ਇੰਸਟਾਗ੍ਰਾਮ ਤੇ ਸ਼ਰਨ ਨਾਂ ਤੇ ਇਹਨਾਂ ਦੀ ਆਈਡੀ ਹੈ ਸ਼ਰਨ 305 ਤੇ ਇਹਨਾਂ ਦੇ ਫੋਲੋਅਰਸ ਵਗੈਰਾ ਬਹੁਤ ਨੇ ਜੀ ਆਪਣੇ ਖਲੀ ਕੋਲ ਕਾਫੀ ਟਾਈਮ ਸਪੈਂਡ ਕਰਕੇ ਗਏ ਆ ਉਸ ਤੋਂ ਬਾਅਦ ਆਪਾਂ ਫੇਰ ਖਲੀ ਨੂੰ ਗੇੜਾ ਦਵਾਉਣ ਲਈ ਕੱਢ ਲਿਆ ਸੀਗਾ ਉੱਥੇ ਮੰਡੀ ਤੇ ਹੁਣ ਡਿੱਪਲ ਪੈਣ ਲੱਗੇ ਘੋੜੇ ਤੇ ਜੀ ਥੋੜਾ ਜਿਹਾ ਅੱਗੇ ਜਾਊਗਾ ਹੁਣ ਤੋਂ 5-6 ਮਹੀਨਿਆਂ ਨੂੰ ਬਹੁਤ ਸੋਹਣੀ ਮਤਲਬ ਨੀਲੇ ਕਲਰ ਦੀ ਸਟੇਜ ਆਜੂਗੀ ਜੀ ਬਾਕੀ ਹੁਣੇ ਹਾਈਟ ਨੂੰ ਥੋੜਾ ਜਿਹਾ ਹੈਲਪ ਆ ਹੁਣ ਹਾਈਟ ਵੀ ਕਰ ਰਿਹਾ ਜਗਰੌ ਮੇਲੇ ਦੀ ਵੀਡੀਓ ਆ ਜਾਨੀ ਜਿੱਥੇ ਖੜਦਾ ਸੀ ਉੱਥੇ ਮੇਲਾ ਲੱਗ ਜਾਂਦਾ ਸੀ ਇਹਨੂੰ ਦੇਖਣ ਨੂੰ ਫੋਟੋਆਂ ਖਿਚਾਉਣ ਵਾਲਿਆਂ ਦਾ ਵੀ ਬਾਈਆਂ ਦਾ ਬਹੁਤ ਧੰਨਵਾਦ ਹੈ ਜਿਨੇ ਖਲੀ ਨਾ ਵਾਧੂ ਲੋਕਾਂ ਨੇ ਬਾਈ ਜੀ ਫੋਟੋਆਂ ਕਰਾਈਆਂ ਨੇ ਤੇ ਬਹੁਤ ਦਿਨੋਂ ਧੰਨਵਾਦ ਹੈ ਜਿਨ੍ਹਾਂ ਨੇ ਮੇਰੇ ਨਾਲ ਵੀ ਕਰਾਈਆਂ ਚਲੋ ਮੈਂ ਇਨੈਜੋਗ ਹੈ ਤਾਂ ਹੈ ਨਹੀਂ ਮੇਰੇ ਵੱਲੋਂ ਵੀ ਧੰਨਵਾਦ ਆ ਵੀਰੇ ਮੈਨੂੰ ਤੁਸੀਂ ਇਨੈਜੋਗ ਸਮਝਿਆ ਹਨ ਤੇ ਖਲੀ ਬਾਦਸ਼ਾਹ ਦੀ ਆਪਣੇ ਦੀ ਜਾਨੀ ਪੂਰੀ ਓਕੇ ਰਿਪੋਰਟ ਸੀ ਮੰਡੀ ਤੇ ਤੇ ਹੁਣ ਥੋੜਾ ਜਿਹਾ ਲਿੱਸਾ ਕਰਾਂਗੇ ਰਾਜੀ ਜੀ ਜਾਦੇ ਆ ਦੋਨੇ ਸਕੇ ਭਾਈ ਨੇ ਜੀ ਇਹ ਬਾਈ ਦਾਰਾਪੁਰੀਆਂ ਦਾ ਖਲੀ ਟੂ ਤੇ ਆਪਣੇ ਦਾ ਖਲੀ ਬਾਦਸ਼ਾਹ ਦੋਨੀ ਦਾਰਾਪੁਰ ਵਾਲੇ ਖਲੀ ਦੇ ਬੱਚੇ ਆ ਜੀ ਇਹਨਾਂ ਦਾ ਵੀ ਆਪਾਂ ਫੇਸ ਮਲਾਇਆ ਸੀਗਾ ਦੋਨਾਂ ਭਾਈਆਂ ਦਾ ਕਹ ਲੋ ਮੇਲ ਕਰਾਇਆ ਸੀਗਾ ਤੇ ਬਹੁਤ ਸੋਹਣਾ ਜੀ ਖਲੀਡੂ ਘੋੜਾ ਵੀ ਬਹੁਤ ਚੰਗਾ ਸਟੱਡ ਸਰਵਿਸ ਵਾਸਤੇ ਓਪਨ ਫਿਰ ਇੱਕ ਆ ਪੰਜ ਕਲਿਆਣਾ ਘੋੜਾ ਆਇਆ ਸੀ ਦੋਨਾਂ ਨੇ ਪਤੰਦਰਾਂ ਨੇ ਜੱਫੀਆਂ ਪਾ ਪਾ ਮਿਲਿਆ ਖਲੀ ਬਾਦਸ਼ਾ ਨੂੰ ਇਹ ਵੀ ਬਹੁਤ ਸੋਹਣਾ ਘੋੜਾ ਸੀਗਾ ਜੀ ਆਗੇ ਆਪਣਾ ਖਲੀ ਬਾਦਸ਼ਾ ਦੇਖ ਹੀ ਸਕਦੇ ਹੋ ਇਹ ਪਤੰਦਰ ਥੋੜਾ ਜਿਹਾ ਗਰਮ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਘਰੇ ਲਿਆਏ ਸੀ ਹੁਣ ਸਾਰੇ ਇੱਕ ਦਿੜਬੇ ਤੋਂ ਆ ਘੋੜੀ ਮੇਟ ਹੋਣੀ ਆਈ ਸੀ ਤੇ ਕੱਲੇ ਤੇ ਕਾ ਕੋੜੀ ਮੀਟ ਕਰਵਾਈ ਸੀ ਆਪਣੇ ਵਾਲੇ ਖਲੀ ਬਾਦਸ਼ਾਹ ਤੋਂ ਜੀ